ਅਸੀਂ ਕੌਮ ਨੂੰ ਸਮਰਪਿਤਾ। ਕਿਸੇ ਨੇ 27 ਸਾਲ ਹੋ ਗਏ, ਕਿਸੇ ਨੇ ਅੱਜ ਤੱਕ ਪੁੱਛਿਆ ਹੀ ਨਹੀਂ ਆਣ ਕੇ ਕਿੱਥੇ ਰਹੇ, ਮਤਲਬ ਕਿੱਥੇ ਨੇ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸਰਪੰਚ ਮੀਕਾ ਗਿੱਲ, ਪੰਜਾਬ ਯੂਥ ਫੈਡਰੇਸ਼ਨ ਤੋਂ। ਦੋਸਤੋ, ਜਿਹੜੇ ਅੱਜ ਮੈਂ ਮਸਲੇ ਬਾਰੇ ਗੱਲ ਕਰਨ ਲੱਗਿਆ, ਇਹ ਮਸਲਾ ਬੜਾ ਹੀ ਗੰਭੀਰ ਆ। ਇਹ ਆਪਣੇ ਪੰਜਾਬ ਦੇ ਸ਼ਹੀਦਾਂ ਦੇ, ਜਿਹੜੇ 1984 ਤੋਂ ਲੈ ਕੇ 1995 ਤੱਕ ਸ਼ਹੀਦ ਹੋਏ ਨੇ ਪੰਜਾਬ ਦੇ ਵਿੱਚ, ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ, ਸ਼੍ਰੀ ਅਕਾਲ ਤਖਤ ਸਾਹਿਬ ਦੇ ਹਮਲੇ ਤੋਂ ਬਾਅਦ ਜਿਹੜੇ ਹੁਣ ਤੱਕ ਸ਼ਹੀਦ ਹੋਏ ਨੇ, ਉਹਨਾਂ ਦੇ ਪਰਿਵਾਰਾਂ ਦੇ ਨਾਲ ਜੁੜਿਆ ਹੋਇਆ ਮਸਲਾ ਵਾ, ਸਾਡੀ ਸਿੱਖ ਕੌਮ ਦੇ ਨਾਲ ਜੁੜਿਆ ਹੋਇਆ ਮਸਲਾ ਵਾ ਕਿ ਕਿਸ ਤਰ੍ਹਾਂ ਉਹ ਜਿਹੜੇ ਸਿੰਘ ਨੇ ਉਹ ਤਾਂ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ, ਆਪਾਂ ਆਪਣਾ ਆਪ ਵਾਰ ਗਏ ਨੇ, ਆਪਣੇ ਸਿੱਖ ਕੌਮ ਦੇ ਉੱਪਰ ਆਪਣੀਆਂ ਜਾਨਾਂ ਨਿਸ਼ਾਵਰ ਕਰ ਗਏ ਨੇ, ਪਰੰਤੂ ਉਹਨਾਂ ਦੇ ਜਿਹੜੇ ਪਰਿਵਾਰ ਨੇ ਪਿੱਛੇ, ਉਹਨਾਂ ਦੀਆਂ ਬੱਚੇ ਨੇ, ਉਹਨਾਂ ਦੀਆਂ ਬੱਚੀਆਂ ਨੇ, ਉਹਨਾਂ ਦੇ ਮਾਂ ਪਿਓ ਨੇ, ਉਹ ਕਿਸ ਹਾਲਾਤ ਦੇ ਵਿੱਚ ਸਮਾਂ ਗੁਜ਼ਾਰ ਰਹੇ ਨੇ, ਆਓ ਦੇਖਿਓ ਇੱਕ ਵੀਡੀਓ। ਜਿੱਦਾਂ ਆਪਾਂ ਕੱਪੜੇ ਦਿੰਦੇ ਹਾਂ ਜਾਂ ਕੋਈ ਚੀਜ਼ ਲੈ ਕੇ ਆਉਂਦਾ ਜਾਂ ਕਿਸੇ ਨੇ ਜੁੱਤੀ ਦੇਣੀ ਆ, ਬਟ ਉਦੋਂ ਮਨ ਨੂੰ ਬੜਾ ਫੀਲ ਹੁੰਦਾ ਸੀ ਕਿ ਸਾਰੇ ਕਹਿੰਦੇ ਵੀ ਖਾਲਸੇ ਦੇ ਵਿੱਚ ਅਸੀਂ ਕੌਮ ਦਾ ਸਰਮਾਇਆ ਹੁੰਦੇ ਹਾਂ, ਹੈ ਨਾ, ਅਸੀਂ ਕੌਮ ਨੂੰ ਸਮਰਪਿਤ ਆ। ਕਿਸੇ ਨੇ 27 ਸਾਲ ਹੋ ਗਏ, ਕਿਸੇ ਨੇ ਅੱਜ ਤੱਕ ਪੁੱਛਿਆ ਹੀ ਨਹੀਂ ਆਣ ਕੇ ਕਿੱਥੇ ਰਹੇ, ਮਤਲਬ ਕਿੱਥੇ ਨੇ ਉਹ ਸ਼ਹੀਦ ਪਰਿਵਾਰ, ਕਿੱਥੇ ਨੇ ਉਹਨਾਂ ਦੇ ਬੱਚੇ। ਇਹ ਜਿਹੜੀ ਲੜਕੀ ਦੀ ਤੁਸੀਂ ਵੀਡੀਓ ਦੇਖੀ ਆ, ਇਸਦਾ ਨਾਂ ਤੇਜਵੀਰ ਕੌਰ ਹੈ ਅਤੇ ਇਹ ਅੰਮ੍ਰਿਤਸਰ ਦੇ ਪਿੰਡ ਨਾਗੋਕੇ ਦੀ ਰਹਿਣ ਵਾਲੀ ਹੈ। ਅਤੇ ਤੁਹਾਨੂੰ ਮੈਂ ਦੱਸ ਦੇਵਾਂ ਕਿ ਇਹ ਸ਼ਹੀਦ ਗੁਰਮੁਖ ਸਿੰਘ ਨਾਗੋਕੇ ਜੀ ਦੀ ਬੇਟੀ ਆ। ਸ਼ਹੀਦ ਗੁਰਮੁਖ ਸਿੰਘ ਨਾਗੋਕੇ ਜੀ ਦਾ ਨਾਮ ਖਾੜਕੂ ਸੰਘਰਸ਼ ਦੇ ਦੌਰਾਨ ਇੱਕ ਬੜਾ ਉੱਚਾ ਨਾਮ ਸੀ, ਉੱਚਾ ਅਤੇ ਸੁੱਚਾ ਕਿਰਦਾਰ ਵਾਲਾ ਨਾਮ ਸੀ। ਇਹ ਉਹਨਾਂ ਦੀ ਬੇਟੀ ਆ ਅਤੇ ਅੱਜ ਕੱਲ੍ਹ ਇਹਨਾਂ ਦੇ ਹਾਲਾਤ ਦੇਖੋ ਕਿ ਇਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹੋ ਚੁੱਕੇ। ਪਰ ਰਵੀ ਸਿੰਘ ਖਾਲਸਾ, ਮਤਲਬ ਉਹ ਵੀ ਸ਼ਾਇਦ ਸੁਣ ਹੀ ਰਿਹਾ ਹੋਊਗਾ ਜਾਂ ਵੇਖ ਰਿਹਾ ਹੋਊਗਾ, ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੈਂ ਮਤਲਬ ਫੇਸਬੁੱਕ 'ਤੇ ਉਹਨਾਂ ਬਾਰੇ ਪੜ੍ਹਿਆ, ਮੈਂ ਉਹਨਾਂ ਨੂੰ ਮੈਸੇਜ ਵੀ ਕੀਤਾ, ਅਪੀਲ ਕੀਤੀ ਹੱਥ ਜੋੜ ਕੇ, ਜਦਕਿ ਸਾਡਾ ਫਰਜ਼ ਨਹੀਂ ਆ ਅਪੀਲ ਕਰਨ ਦਾ। ਵੈਸੇ ਖਾਲਸਾ ਏਡ ਵੱਲੋਂ ਕੁਛ ਸ਼ਹੀਦ ਪਰਿਵਾਰਾਂ ਨੂੰ 3,000 ਰੁਪਈਆ ਪਰ ਮੰਥ ਜਿਸ ਤਰ੍ਹਾਂ ਪੈਨਸ਼ਨ ਦਿੱਤੀ ਜਾਂਦੀ ਆ, ਤੁਹਾਡੀ ਨਹੀਂ ਸੀ ਲੱਗੀ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਆ। ਮੈਂ ਇਹਨਾਂ ਦੇ ਹੈੱਡ ਆਫਿਸ ਪਟਿਆਲੇ ਵੀ ਫੋਨ ਕੀਤਾ ਸੀ, ਅਨਾਰ ਸਿੰਘ ਪਾੜਾ ਦਾ ਬ੍ਰਦਰ ਕਿੱਕਰ ਸਿੰਘ, ਉਹਨਾਂ ਨੇ ਮੈਨੂੰ ਨੰਬਰ ਦਿੱਤਾ ਸੀ, ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ। ਮੈਂ ਕਿਹਾ ਇੱਦਾਂ ਮੈਨੂੰ ਜ਼ਰੂਰਤ ਆ, ਕਹਿੰਦੇ ਦੱਸੋ ਕੀ ਜ਼ਰੂਰਤ ਆ, ਮੈਂ ਕਿਹਾ ਤੁਸੀਂ ਪਹੁੰਚ ਸਕਦੇ ਹੋ ਜਾਂ ਅਸੀਂ ਤੁਹਾਡੇ ਕੋਲ ਪਹੁੰਚ ਸਕਦੇ ਹਾਂ, ਕਈ ਗੱਲਾਂ ਹੁੰਦੀਆਂ ਜੋ ਫੋਨ 'ਤੇ ਨਹੀਂ ਕੀਤੀਆਂ ਜਾਂਦੀਆਂ। ਮੈਨੂੰ ਕਹਿੰਦੇ ਅਸੀਂ ਫੋਨ ਕਰਾਂਗੇ ਰਵੀ ਸਿੰਘ ਹੁਣਾਂ ਨੂੰ, ਭਾਜੀ ਹੁਣਾਂ ਨੂੰ, ਅਤੇ ਉਹਨਾਂ ਕੋਲ ਅਪੁਆਇੰਟਮੈਂਟ ਲੈ ਕੇ ਫਿਰ ਤੁਹਾਨੂੰ ਦੱਸਾਂਗੇ, ਹਜੇ ਤੱਕ ਦੱਸ ਰਹੇ ਆ ਮੈਨੂੰ। ਰਵੀ ਸਿੰਘ ਜੀ, ਖਾਲਸਾ ਏਡ ਵਾਲਿਆਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ 1,00,000,000 ਰੁਪਈਆ ਇਕੱਠਾ ਕੀਤਾ, ਉਹਨਾਂ ਦੀ ਵੀਡੀਓ ਵੀ ਤੁਸੀਂ ਨਾਲ ਦੀ ਨਾਲ ਦੇਖੋਗੇ। ਉਹ ਵੀਡੀਓ ਦੇ ਵਿੱਚ ਮੈਂ ਥੱਲੇ ਲਿੰਕ ਵੀ ਸੈਂਡ ਕਰ ਦੇਵਾਂਗਾ। ਉਹਨਾਂ ਨੇ ਅਪੀਲਾਂ ਕੀਤੀਆਂ ਕਿ ਜਿਹੜੇ ਸ਼ਹੀਦ ਪਰਿਵਾਰ ਨੇ ਅਸੀਂ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਵਾ, ਅਸੀਂ ਉਹਨਾਂ ਦੇ ਬਜ਼ੁਰਗ ਮਾਪਿਆਂ ਦੀ ਸੇਵਾ, ਉਹਨਾਂ ਨੂੰ ਪੈਨਸ਼ਨਾਂ ਲਾਵਾਂਗੇ, ਅਸੀਂ ਉਹਨਾਂ ਦੀ ਸੇਵਾ ਕਰਾਂਗੇ, ਜਾ ਕੇ ਉਹਨਾਂ ਦੇ ਘਰ ਬਣਾ ਕੇ ਦੇਵਾਂਗੇ। ਪਰੰਤੂ ਰਵੀ ਸਿੰਘ ਜੀ ਨੇ ਕੀ ਕੀਤਾ ਕਿ ਨਾ ਤਾਂ ਉਹਨਾਂ ਨੂੰ, ਉਹਨਾਂ ਪਰਿਵਾਰਾਂ ਨੂੰ 2,000 ਰੁਪਇਆ, 3,000 ਰੁਪਇਆ, ਕੁਝ ਕੁ ਪਰਿਵਾਰਾਂ ਨੂੰ ਪੈਨਸ਼ਨ ਦੇਣੀ ਸ਼ੁਰੂ ਕਰਤੀ। ਉਹਨਾਂ ਦੀਆਂ ਵੀਡੀਓ ਬਣਾ ਕੇ ਇਹਨਾਂ ਨੇ ਵਿਦੇਸ਼ਾਂ ਦੇ ਵਿੱਚੋਂ 2,00,000,000 ਰੁਪਈਆ ਫੰਡ ਇਕੱਠਾ ਕਰ ਲਿਆ। ਸ਼ਹੀਦਾਂ ਦੇ ਨਾਮ ਦੇ ਉੱਤੇ ਫੰਡ ਇਕੱਠਾ ਕਰਨ ਤੋਂ ਬਾਅਦ ਇਹਨਾਂ ਨੇ, ਜਦੋਂ ਇਹਨਾਂ ਕੋਲ ਬਹੁਤ ਸਾਰਾ ਪੈਸਾ ਇਕੱਠਾ ਹੋ ਗਿਆ ਤਾਂ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਤਾਂ ਪੰਜਾਬ ਦੇ ਵਿੱਚ ਪੈਸਾ ਹੀ ਨਹੀਂ ਭੇਜ ਸਕਦੇ ਹੈਗੇ। ਜਾਂ ਤੁਸੀਂ ਪੈਸਾ ਭੇਜ ਹੀ ਨਹੀਂ ਸਕਦੇ ਪੰਜਾਬ ਦੇ ਵਿੱਚ, ਤਾਂ ਤੁਸੀਂ ਫਿਰ ਫੰਡ ਇਕੱਠਾ ਕਰਨਾ ਕਾਹਤੇ ਸ਼ੁਰੂ ਕੀਤਾ? ਇਹਨਾਂ ਨੇ ਸ਼ਹੀਦਾਂ ਦੇ ਨਾਮ 'ਤੇ ਫੰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ 'ਚ ਕਹਿਣ ਲੱਗ ਗਏ ਕਿ ਪੈਸਾ ਨਹੀਂ ਭੇਜ ਸਕਦੇ, ਅਤੇ ਉਹ 2,000 ਪੈਨਸ਼ਨ ਵੀ ਬੰਦ ਕਰ ਦਿੱਤੀ। ਰਵੀ ਸਿੰਘ ਜੀ, ਵੈਸੇ ਤਾਂ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ, ਸਿੱਖ ਕੌਮ ਨੇ ਉਹਨਾਂ ਨੂੰ ਬਹੁਤ ਪੈਸਾ ਇਕੱਠਾ ਕਰਕੇ ਭੇਜਿਆ, ਪਰ ਉਹ ਕਿਹਨਾਂ ਨੂੰ ਦਿੱਤਾ ਪੈਸਾ? ਉਹ ਤੁਹਾਡੇ ਵਰਗੇ ਠੱਗ ਟੋਲੇ ਨੂੰ ਪੈਸਾ ਦਿੱਤਾ। 7 ਘਰ ਤਾਂ ਡੈਣ ਵੀ ਛੱਡ ਦਿੰਦੀ ਆ, ਪਰ ਤੁਸੀਂ ਤਾਂ ਸ਼ਹੀਦਾਂ ਦੇ, ਉਹਨਾਂ ਦੇ ਜਿਹੜੇ ਉਹਨਾਂ ਦੀ ਸ਼ਹਾਦਤ ਸੀਗੀ, ਜਿਹੜੀ ਉਹਨਾਂ ਨੇ ਆਪਣੇ ਸਿੱਖ ਕੌਮ ਲਈ ਸ਼ਹਾਦਤ ਦਿੱਤੀ ਆ, ਤੁਸੀਂ ਤਾਂ ਉਹਨਾਂ ਦਾ ਮੁੱਲ ਹੀ ਵੱਟ ਗਏ, ਉਹਨਾਂ ਦਾ ਕੁਰਬਾਨੀਆਂ ਦਾ ਮੁੱਲ ਹੀ ਪਾ ਲਿਆ, ਤੁਸੀਂ ਉਹਨਾਂ ਦੇ ਪੈਸੇ ਹੀ ਆਪ ਖਾ ਗਏ ਉਹਨਾਂ ਦੇ ਨਾਮ 'ਤੇ। ਇਦੋਂ ਵੱਡਾ ਧੋਖਾ ਮੇਰੇ ਖਿਆਲ 'ਚ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਹੁੰਦਾ ਨਹੀਂ ਦੇਖਿਆ ਹੋਣਾ, ਕਿਉਂਕਿ ਇੱਕ ਬੰਦਾ, ਉਹ ਜਿਹੜੇ ਉਹਨਾਂ ਦੇ ਬੱਚੇ ਨੇ, ਉਹ ਤਾਂ ਚਲੋ ਸ਼ਹੀਦ ਹੋ ਗਏ ਆਪਣੀ ਸਿੱਖ ਕੌਮ ਤੋਂ ਆਪਾਂ ਵਾਰ ਗਏ, ਜਿਹੜੇ ਉਹਨਾਂ ਦੇ ਬੱਚੇ ਨੇ, ਉਹਨਾਂ ਦੇ ਬੱਚਿਆਂ ਦੀਆਂ 100 ਸਧਰਾਂ ਸੀਗੀਆਂ, ਉਹਨਾਂ ਦੀਆਂ 100 ਆਪਣੀਆਂ ਆਸਾਂ ਸੀਗੀਆਂ, ਉਹਨਾਂ ਨੇ ਆਪਣੇ ਚਾਹ ਪੂਰੇ ਕਰਨੇ ਸੀ, ਵਧੀਆ ਸਕੂਲਾਂ ਦੇ ਵਿੱਚ ਪੜ੍ਹਨੇ ਸੀ। ਇਹ ਨਹੀਂ ਸੀਗਾ ਉਹ ਪਿੰਗਲਵਾੜਿਆਂ ਦੇ ਵਿੱਚ ਪੜ੍ਹਨ ਲਈ ਪੈਦਾ ਨਹੀਂ ਸੀ ਹੋਏ, ਉਹ ਯਤੀਮਖਾਨਿਆਂ ਦੇ ਵਿੱਚ ਪੜ੍ਹਨ ਲਈ ਪੈਦਾ ਨਹੀਂ ਸੀ ਹੋਏ, ਉਹ ਟਰੱਸਟਾਂ ਦੇ ਵਿੱਚ ਪੜ੍ਹਨ ਲਈ ਪੈਦਾ ਨਹੀਂ ਸੀ ਹੋਏ, ਉਹਨਾਂ ਦੇ ਬੱਚੇ
ਡਿਜ਼ਰਵ ਕਰਦੇ ਨੇ ਇਸ ਚੀਜ਼ ਨੂੰ ਕਿ ਉਹਨਾਂ ਦੇ ਬੱਚੇ ਵੀ ਵੱਡੀਆਂ ਵੱਡੀਆਂ ਸਕੂਲਾਂ ਦੇ ਵਿੱਚ ਦਾਖਲੇ ਮਿਲਦੇ, ਉਹਨਾਂ ਨੂੰ ਕਾਲਜਾਂ ਦੇ ਵਿੱਚ ਦਾਖਲੇ ਮਿਲਦੇ, ਉਹਨਾਂ ਦੇ ਘਰ ਨਾ ਚੋਂਦੇ, ਉਹਨਾਂ ਦੇ ਘਰਾਂ ਜਿਹੜੇ ਉਹਨਾਂ ਦੇ ਇੱਟ ਬਾਲਿਆਂ ਦੇ ਘਰ ਨੇ ਉਹਨਾਂ 'ਤੇ ਲੈਂਟਰ ਲੱਗੇ ਹੁੰਦੇ, ਤਾਂ ਕਿ ਉਹ ਵੀ ਫਖਰ ਮਹਿਸੂਸ ਕਰਦੇ ਕਿ ਹਾਂ ਸਾਡੇ ਜੇ ਕਿਸੇ ਨੇ ਬਜ਼ੁਰਗ ਨੇ ਸਾਡੇ ਫਾਦਰ ਨੇ ਜਾਂ ਸਾਡੇ ਭਰਾ ਨੇ ਸਾਡੇ ਪੁੱਤ ਨੇ ਸ਼ਹੀਦੀ ਪ੍ਰਾਪਤ ਕੀਤੀ ਆ ਸਿੱਖ ਕੌਮ ਲਈ, ਤਾਂ ਸਿੱਖ ਕੌਮ ਨੇ ਵੀ ਉਹਨਾਂ ਦਾ ਮੁੱਲ ਮੋੜਿਆ ਵਾ। ਪਰੰਤੂ ਆਪਾਂ ਪੈਸੇ ਕਿਹਨਾਂ ਨੂੰ ਦੇ ਬੈਠੇ? ਆਪਾਂ ਪੈਸੇ ਦੇ ਬੈਠੇ ਰਵੀ ਸਿੰਘ ਜੀ ਵਰਗੇ ਠੱਗਾਂ ਨੂੰ, ਅਮਰਪ੍ਰੀਤ ਸਿੰਘ ਵਰਗੇ ਠੱਗਾਂ ਨੂੰ ਆਪਾਂ ਇਹਨਾਂ ਨੂੰ ਪੈਸੇ ਦੇ ਬੈਠੇ। ਇਹਨਾਂ ਨੇ ਉਹ ਪੈਸਾ ਸਾਰਾ ਆਪਣਾ ਹੜੱਪ ਕਰਦਿਆਂ ਮਾਰਿਆਂ ਨੇ ਨਵੀਆਂ ਘਾੜਤਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਕਿ ਸਾਨੂੰ ਤਾਂ ਜਿਹੜੀ ਸਰਕਾਰ ਆ ਉਹ ਪੈਸਾ ਵੰਡਣੀ ਨਹੀਂ ਦੇ ਰਹੀ ਜੀ, ਸਾਡੇ 'ਤੇ ਤਾਂ ਮੁਕੱਦਮਾ ਦਰਜ ਕਰਦੀ ਆ। ਅਤੇ ਇਹ ਕਹਿ ਕੇ ਇਹਨਾਂ ਨੇ ਪੈਸਾ ਖਤਮ ਕਰ ਦਿੱਤਾ ਕਿ ਦੇਣਾ ਬੰਦ ਕਰ ਦਿੱਤਾ ਇਹਨਾਂ ਪਰਿਵਾਰਾਂ ਨੂੰ। ਰਵੀ ਸਿੰਘ ਜੀ, ਮੈਂ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਅਤੇ ਅਮਰਪ੍ਰੀਤ ਸਿੰਘ ਜੀ ਕਿ ਕੀ ਜਿਹੜੇ ਲੋਕਾਂ ਨੇ ਬਾਹਰੋਂ ਪੈਸੇ ਇਕੱਠੇ ਕਰਕੇ ਤੁਹਾਨੂੰ ਸ਼ਹੀਦ ਪਰਿਵਾਰਾਂ ਨੂੰ ਦੇਣ ਨੂੰ ਦਿੱਤੇ ਸੀਗੇ, ਕੀ ਤੁਸੀਂ ਉਹਨਾਂ ਤੱਕ ਪੂਰੇ ਪਹੁੰਚਦੇ ਕਰਤੇ? ਤੁਹਾਡੀ ਕੀ ਔਕਾਤ ਆ ਕਿ ਸ਼ਹੀਦ ਗੁਰਮੁਖ ਸਿੰਘ ਨਾਗੋਕੇ ਦੀ ਬੱਚੀ ਤੁਹਾਡੇ ਅੱਗੇ ਹੱਥ ਜੋੜੇ ਉਹ ਪੈਸੇ ਲੈਣ ਲਈ ਜਿਹੜੇ ਤੁਸੀਂ ਉਹਨਾਂ ਦੇ ਪਿਤਾ ਦੇ ਨਾਮ 'ਤੇ ਹੋਰ ਸ਼ਹੀਦਾਂ ਦੇ ਨਾਮ 'ਤੇ ਇਕੱਠੇ ਕੀਤੇ ਆ? ਤੁਸੀਂ ਐਡੇ ਹੀ ਹੰਕਾਰੀ ਹੋ ਗਏ ਹੋਏ? ਤੁਹਾਨੂੰ ਕੋਈ ਸਿੱਖ ਧਰਮ ਬਾਰੇ, ਕੋਈ ਤੁਹਾਨੂੰ ਗੁਰੂ ਸਾਹਿਬ ਦਾ, ਕੋਈ ਕਿਸੇ ਦਾ ਡਰ ਹੀ ਨਹੀਂ ਰਿਹਾ ਹੈਗਾ ਕਿ ਕੋਈ ਤੁਹਾਡੇ ਤੋਂ ਹਿਸਾਬ ਵੀ ਮੰਗੂਗਾ? ਤੁਸੀਂ ਤਾਂ ਹਿਸਾਬ ਦੇਣ ਨੂੰ ਵੀ ਤਿਆਰ ਨਹੀਂ ਹੈਗੇ, ਤੁਹਾਡਾ ਤਾਂ ਕੋਈ ਹਿਸਾਬ ਹੀ ਹੈ ਨਹੀਂ ਪੈਸੇ ਦਾ, ਤੁਹਾਡੇ ਕੋਲ ਕਿੰਨਾ ਪੈਸਾ ਆਇਆ ਕਿੰਨਾ ਗਿਆ। ਝੂਠ ਬੋਲਣ 'ਤੇ ਤੁਸੀਂ ਜ਼ੋਰ ਦਿੱਤਾ ਹੋਇਆ ਹਰੇਕ ਗੱਲ ਦਾ, ਅਤੇ ਕੀ ਗੱਲ ਇਹ ਸ਼ਹੀਦ ਪਰਿਵਾਰਾਂ ਦਾ ਹੱਕ ਕੌਣ ਦਊਗਾ ਇਹਨਾਂ ਨੂੰ? ਕੀ ਇਹਨਾਂ ਦੇ ਜਿਹੜੇ ਸ਼ਹੀਦਾਂ ਦੇ ਬੱਚੇ ਨੇ ਉਹ ਯਤੀਮਖਾਨਿਆਂ ਦੇ ਵਿੱਚ ਪੜ੍ਹ ਲਈ ਰਹਿ ਗਏ? ਕੀ ਸ਼ਹੀਦਾਂ ਨੇ ਕੁਰਬਾਨੀਆਂ ਇਸੇ ਲਈ ਦਿੱਤੀਆਂ ਸੀ ਸਿੱਖ ਕੌਮ ਤੋਂ, ਤਾਂ ਕਿ ਉਹਨਾਂ ਦੇ ਬੱਚੇ ਯਤੀਮ ਹੋ ਜਾਣ? ਉਹਨਾਂ ਦੇ ਬੱਚਿਆਂ ਨੂੰ ਤੁਸੀਂ ਜਾ ਕੇ ਇੱਕ ਬੂਟਾਂ ਦਾ ਜੋੜਾ ਦੇ ਕੇ ਕਹਿ ਦਵੋ ਕਿ ਲਓ ਆਪਣੀ ਜ਼ਿੰਦਗੀ ਕੱਢ ਲਓ, ਉਹਨਾਂ ਦਾ ਰਹਿਣ ਬਸੇਰੇ ਦਾ ਕੋਈ ਉਹਨਾਂ ਦਾ ਕੋਈ ਸਾਧਨ ਨਾ ਬਣਾਵੋ? ਕੀ ਉਹਨਾਂ ਨੇ ਸਿੱਖ ਕੌਮ ਤੋਂ ਇਸੇ ਲਈ ਕੁਰਬਾਨੀਆਂ ਕੀਤੀਆਂ ਸੀਗੀਆਂ ਕਿ ਉਹਨਾਂ ਦੇ ਬੱਚੇ ਸਾਰੀ ਜ਼ਿੰਦਗੀ ਉਹਨਾਂ ਨੂੰ ਕੋਸੀ ਜਾਣ ਕਿ ਸਾਡੇ ਪਿਤਾ ਨੇ ਕਾਹਤੇ ਇਹ ਸਿੱਖ ਕੌਮ ਲਈ ਕੁਰਬਾਨੀਆਂ ਕੀਤੀਆਂ ਜਿਹੜੀ ਸਿੱਖ ਕੌਮ ਨੇ ਉਹਨਾਂ ਦੀ ਕਦਰ ਨਹੀਂ ਪਾਈ? ਪਰ ਨਹੀਂ, ਇੱਥੇ ਸਿੱਖ ਕੌਮ ਨੇ ਉਹਨਾਂ ਦੀ ਕਦਰ ਪਾਈ ਆ, ਉਹਨਾਂ ਨੇ ਪੈਸੇ ਇਕੱਠੇ ਕਰਕੇ ਦਿੱਤੇ ਨੇ, ਪਰ ਉਹ ਗਲਤੀ ਕਿੱਥੇ ਕਰ ਬੈਠੇ? ਤੁਹਾਡੇ ਵਰਗੇ ਠੱਗਾਂ ਨੂੰ ਉਹਨਾਂ ਨੇ ਉਹ ਪੈਸੇ ਇਕੱਠੇ ਕਰਕੇ ਦੇਤੇ ਜਿਹੜੇ ਕਿ ਤੁਸੀਂ ਅੱਗੇ ਨਹੀਂ ਪਹੁੰਚਦੇ ਕੀਤੇ, ਅਤੇ ਉਹ ਤੁਸੀਂ ਸਾਰੇ ਪੈਸੇ ਆਪ ਹੀ ਖਾ ਗਏ। ਐਡੀ ਵੱਡੀ ਠੱਗੀ ਸ਼ਹੀਦਾਂ ਦੇ ਨਾਮ ਦੇ ਉੱਤੇ, ਮੇਰੇ ਖਿਆਲ ਦੇ ਵਿੱਚ ਆਪਣੀ ਕੌਮ ਤੱਕ ਹੀ ਕਿਸੇ ਹੋਰ ਕੌਮ ਦੇ ਵਿੱਚ ਮੈਂ ਨਹੀਂ ਵੱਜਦੀ ਦੇਖੀ, ਜਿਹੜੀ ਸ਼ਹੀਦਾਂ ਦੇ ਨਾਮ 'ਤੇ ਐਡੀ ਵੱਡੀ ਠੱਗੀ। ਰਵੀ ਸਿੰਘ ਅਤੇ ਅਮਰਪ੍ਰੀਤ ਸਿੰਘ ਤੁਸੀਂ ਮਾਰ ਗਏ ਨਾ, ਵਿਦੇਸ਼ਾਂ ਦੇ ਵਿੱਚ ਬੈਠ ਕੇ, ਦੇਸ਼ਾਂ ਦੇ ਵਿੱਚ ਬੈਠ ਕੇ ਉਹਨਾਂ ਪਰਿਵਾਰਾਂ ਕੋਲ ਕੁਛ ਵੀ ਨਹੀਂ ਪਹੁੰਚਦਾ ਕੀਤਾ। ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਕਿ ਜਿਹੜੇ ਸ਼ਹੀਦਾਂ ਦੇ ਨਾਮ 'ਤੇ ਪੈਸੇ ਇਕੱਠੇ ਕਰਦੇ ਹੋ ਅਤੇ ਉਹਨਾਂ ਦੇ ਪਰਿਵਾਰਾਂ ਤੱਕ ਨਹੀਂ ਪਹੁੰਚਦੇ ਕਰਦੇ। ਇਹ ਸਾਰਾ ਕੁਛ ਔਨ ਰਿਕਾਰਡ ਆ, ਵੀਡੀਓਆਂ ਦੇ ਵਿੱਚ ਵਾ, ਔਨਲਾਈਨ ਵੀਡੀਓ ਪਈਆਂ ਨੇ ਸਾਰੀਆਂ, ਇਹ ਸਾਰਾ ਕੁਛ ਔਨਲਾਈਨ ਆ। ਸੋ ਮੈਂ ਤਾਂ ਤੁਹਾਡੇ ਅੱਗੇ ਸਾਰੀ ਸਾਧ ਸੰਗਤ ਅੱਗੇ ਇਹੀ ਬੇਨਤੀ ਕਰੂੰਗਾ ਕਿ ਵੀਰੋ, ਇੱਕ ਤਾਂ ਜਿਹੜੀਆਂ ਵੀਡੀਓ ਨੇ ਇਹ ਸ਼ੇਅਰ ਕਰ ਦਿਆ ਕਰੋ, ਤਾਂ ਕਿ ਇਹਨਾਂ ਲੋਕਾਂ ਦਾ ਜਿਹੜੀ ਇਹਨਾਂ ਲੋਕਾਂ ਦੀ ਜਿਹੜੀ ਸੱਚਾਈ ਆ ਉਹ ਤੁਹਾਡੇ ਸਾਹਮਣੇ ਆ ਸਕੇ। ਅੱਗੇ ਵਾਸਤੇ ਜੇ ਕਿਸੇ ਨੇ ਕਿਸੇ ਮਦਦ ਕਰਨੀ ਹੁੰਦੀ ਆ ਤਾਂ ਸ਼ਹੀਦ ਪਰਿਵਾਰ ਦੀ ਸਿੱਧੀ ਮਦਦ ਕਰਦਿਆ ਕਰੋ, ਇਹੋ ਜਿਹੇ ਵਿਚੋਲਿਆਂ ਨੂੰ ਨਾ ਵਿੱਚ ਪਾਇਆ ਕਰੋ, ਕਿਉਂਕਿ ਇਹ ਬੜੇ ਵੱਡੇ ਠੱਗ ਨੇ ਅਤੇ ਚੋਰ ਨੇ ਇਹ। ਇਹ ਸ਼ਰੇਆਮ ਧਰਮ ਦੇ ਨਾਮ 'ਤੇ, ਸ਼ਹੀਦਾਂ ਦੇ ਨਾਮ 'ਤੇ ਇਹਨਾਂ ਨੇ ਉਹਨਾਂ ਸ਼ਹੀਦਾਂ ਦੀ ਮਿੱਟੀ ਦਾ ਮੁੱਲ ਪਾ ਲਿਆ ਅਤੇ ਖਾ ਲਿਆ, ਬਸ ਉਹਨਾਂ ਪਰਿਵਾਰਾਂ ਦੀ ਕੋਈ ਮਦਦ ਨਹੀਂ ਕੀਤੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਨਤਾ ਦੇ ਸਵਾਲਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕਰਾਂਗੇ ਕੋਸ਼ਿਸ਼, ਪੰਜਾਬ ਦੇ ਹਰ ਕਸਬੇ ਦੀ ਕਰਾਂਗੇ ਤੁਹਾਡੇ ਨਾਲ ਗੱਲਬਾਤ, ਪੰਜਾਬ ਦੀ ਸਿਆਸਤ ਨਾਲ ਜੁੜੀ ਕਰਾਂਗੇ ਹਰ ਇੱਕ ਗੱਲਬਾਤ, ਪੰਜਾਬ ਪੰਜਾਬੀਅਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਿਉਂਦਾ ਰੱਖਣ ਲਈ ਕਰਾਂਗੇ ਤੁਹਾਡੇ ਨਾਲ। ਪੰਜਾਬ ਪੰਜਾਬੀ ਅਤੇ ਪੰਜਾਬੀ ਨੂੰ ਜਿਉਂਦਾ ਰੱਖਣ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਚੈਨਲ ਦਾ ਛੋਟਾ ਜਿਹਾ ਉਪਰਾਲਾ ਹੈ।